ਲੈਤਾ ਨਾਰੀਅਲ ਬੋਟੀ ਵੀ ਨਵੀਂ ਦੋ ਭਾਬੀ ਦੇਖ ਲਿਓ ਵਲੋਗ ਆ ਇੰਨੀ ਕੁ ਕਲਿੱਪ ਮੈਂ ਨਾ ਭਾਬੀ ਨੂੰ ਕੱਟ ਕੇ ਭੇਜੂਗੀ ਮੈਂ ਕਹਿਣਾ ਦੇਖ ਲੋ ਕੀ ਕਹਿੰਦੀ ਕੀ ਕਹਿੰਦੀ ਸੀ ਭਾਈ ਤੁਹਾਡੀ ਘਰ ਵਾਲੀ ਨੇ ਵੀ ਰੱਖਿਆ ਰੱਖਦੇ ਪੱਕਾ ਲੱਗ ਜਾਣਾ ਪਤਾ ਕੌਣ ਸੋਹਣਾ ਲੱਗਦਾ ਕੌਣ ਲੱਡੂ ਕਹਿੰਦਾ ਮੈਨੂੰ ਸੋਹਣਾ ਲੱਗਦਾ ਸੋਹਣਾ ਹੈ ਸਾਹਿਲ ਕਹਿੰਦਾ ਮੈਂ ਤੈਨੂੰ ਚੋਕਲੇਟ ਲੈ ਕੇ ਦਊਂਗਾ ਤੈਨੂੰ ਦਿੱਤੀ ਉਹ ਵੀ ਇਹੀ ਖਾਗਾ ਉਹ ਵੀ ਇਹੀ ਖਾਗਾ ਰੈਪਰ ਵੀ ਨੀ ਲੱਭਾ ਅੱਧੀ ਅੱਧੀ ਖਾ ਗਈ ਬਿੰਦੇ ਤੇ ਸਤਵੀਰ ਦੋਨੇ ਹੀ ਖਾ ਗਈਆਂ ਖੋ ਖੋ ਕੇ ਲੜ ਲੜ ਕੇ ਕੀ ਨੀ ਬੋਲਿਆ ਮੈਂ ਮੂੰਹ ਤੇ ਨੀ ਮਾਰਨੀ ਸਾਡੇ ਮੂੰਹ ਤੇ ਨੀ ਮਾਰਨੀ ਅੱਜ ਤਾਂ ਫੜਾ ਚੱਲੇ ਆ ਨਹੀਂ ਤਾਂ ਅੱਗੇ ਤਾਂ ਚੱਕ ਕੇ ਹੀ ਮਾਰਦੇ ਹੁੰਦੇ ਆ ਬਹੁਤ ਪੜ ਲਿਆ ਬਸ ਕਰ ਕੀ ਕਰਵਾ ਚੌਥ ਕੀ ਪਹਿਲਾਂ ਸਵੇਰੇ 5-6 ਕਿਲੋ ਖਾ ਲੈਂਦੇ ਆ ਹੈ ਦੁਪਹਿਰ ਨੂੰ ਪਤਾ ਨੀ ਕਥਾ ਸੁਣਨ ਗਏ ਉੱਥੇ ਪਾਣੀ ਪੀ ਆਉਂਦੇ ਆ ਰਾਤ ਨੂੰ ਫੇਰ 8 ਵਜੇ ਖਾ ਲੈਣਾ ਹੁੰਦਾ ਤਾਂ ਇੰਨਾ ਕੁ ਤਾਂ ਵਰਤਦਾ ਮੈਂ ਰੋਜ਼ ਹੀ ਰੱਖ ਲੈਂਦੀ ਆ ਰੋਜ਼ ਹੀ ਰੱਖਦੀ ਆ ਇੰਨਾ ਕੁ ਤਾਂ ਤੈਨੂੰ ਛੁੱਟੀ ਕਾਹਦੀ ਅੱਜ ਕਰਵਾ ਚੌਥ ਦੀ ਕਿੱਥੇ ਰੱਖਿਆ ਤੇਰੀ ਮੈਡਮ ਨੇ ਰੱਖਿਆ ਛੁੱਟੀ ਆ ਸਕੂਲ ਵੱਲੋਂ ਇਹ ਕਦੀ ਕਿਹੜੀ ਸਰਕਾਰੀ ਛੁੱਟੀ ਹੁੰਦੀ ਕਰਵਾ ਚੌਥ ਦੀ ਸਾਨੂੰ ਤਾਂ ਕਦੀ ਹੋਈ ਨਹੀਂ ਸਾਨੂੰ ਹੁੰਦੀ ਆ ਸਾਡਾ ਸਕੂਲ ਪਹਿਲਾਂ ਪੁਰਾਣਾ ਸੀਗਾ ਸਾਨੂੰ ਨਵਾਂ ਕੁਝ ਖਿਲਾਉਣਾ ਖਲੋਣਾ ਪੈਸੇ ਮੇਰੇ ਤੋਂ ਲੈ ਜੀ ਲੇਸ ਉਸ ਖਿਲਾ ਦੀ ਕੋਈ ਇਹਨੂੰ ਜਿੰਨਾ ਬੈਗ ਰੋਟੀ ਖਾਣਾ ਤੂੰ ਜਿੰਨਾ ਬੈਗ ਰੋਟੀ ਖਾਣਾ ਜਦ ਬਿਨਾ ਕੋਲੋਂ ਕਹਿੰਦਾ ਵੰਦਾ ਆ ਖਾਰ ਹੁੰਦੀ ਆ ਇੱਥੇ ਮੈਂ ਕਹਿੰਦਾ ਬੈਗ ਰੋਟੀ ਖਾਣਾ ਮੈਂ ਖਾਂਦਾ ਹੀ ਨਹੀਂ ਇਕੱਲਾ ਖਾਂਦਾ ਮੈਨੂੰ ਦੱਸ ਦੇ ਠੀਕ ਆ ਮੈਂ ਕੀ ਕਹਿੰਦੀ ਆ ਮੈਂ ਕੀ ਕਿਹਾ ਮੈਨੂੰ ਦੱਸੇਗਾ ਹੈ ਮੈਨੂੰ ਦੱਸੇਗਾ ਸੰਗੀ ਕਾਹਤੇ ਜਾਣਾ ਮਾਂ ਪਾਜੀ ਨੇ ਨਾ ਉਹਨੇ ਤੇਰੇ ਰੋੜੇ ਮਾਰੇ ਇੱਥੇ ਫੋਨ ਤੇ ਤੇਰਾ ਕੈਮਰਾ ਕਿੱਦਣ ਚੱਲਦਾ ਆ ਕੀ
ਪਾਣੀ ਨੇ ਤਾਂ ਲੋੜੇ ਮਾਰੇ ਬੈਲਾ ਦੇ ਪਾਪ ਲੱਗਣਾ ਇਹਨਾਂ ਨੂੰ ਹੋਰ ਕੀ ਆ ਇਹਨਾਂ ਨੇ ਵੀ ਅਗਲੇ ਜਨਮ ਚ ਕੁੱਤੇ ਹੀ ਬਣਨਾ ਇਹ ਕੁੱਤੇ ਹਾਲੇ ਉਹਦੇ ਦਾ ਉਹ ਦੋ ਉਹਨੂੰ ਉਹ ਉਹ ਨਾਰਾਜ਼ ਹੋ ਗਈ ਉਹ ਨਾਰਾਜ਼ ਹੋ ਗਈ ਕਿਉਂ ਉਹਨੇ 3 ਵਜੇ ਤੱਕ ਹੀ ਰਹਿਣਾ ਉਹ ਗੱਲ ਤਵੀਆਂ ਵੜ ਗਈ ਉਂਗਲੀ ਪਿੱਛੇ ਕਰ ਤੂੰ ਚੱਜ ਨਾ ਵੜਨਾ ਚਾਹੀਦਾ ਨਹੀਂ ਤਾਂ ਮੈਂ ਤੇਰੀ ਲੱਤਾਂ ਤੋੜ ਦੇਣੀ ਆ ਤੇਰੀਆਂ ਬਾਜੀ ਰੁਕੋ ਕੀ ਆ ਅੱਗ ਲੱਗੀ ਆ ਸਾਡੇ ਨਾਲ ਬਹਿਣਾ ਜੋ ਖਾਲਾ ਕੰਮ ਆਣਾ ਜੋ ਖਾਇਆ ਉਹ ਪਹਿਲਾਂ ਬੰਦ ਕਰੋ ਉਹ ਬੰਦ ਕਰੋ ਇਹਨੂੰ ਇਹਦੇ ਨਾਲ ਜਾ ਕੇ ਭੂਆ ਦੇ ਜਾਣਾ ਕਹਿੰਦਾ ਭੂਆ ਜੀ ਰਹਿੰਦੀ ਰੱਬ ਦੀ ਧੁੱਲੇ ਜੀ ਜਾ ਕੇ ਭਾਬੀ ਕਹਿੰਦੀ ਇਹ ਤਾਂ ਤੂੰ ਦੱਸਿਆ ਹੀ ਨੀ ਇੱਧਰ ਕੈਮਰੇ ਚ ਅੱਖਾਂ ਪਾ ਕੇ ਗੱਲ ਕਰੋ ਇੱਧਰ ਅੱਖਾਂ ਪਾ ਕੇ ਗੱਲ ਕਰੋ ਭਾਈ ਸੁਖੀ ਆ ਨਹੀਂ ਤੈਨੂੰ ਏਦਾਂ ਵਧੀਆ ਨੀ ਫੀਲ ਹੁੰਦਾ ਵੀ ਤੈਨੂੰ ਸਾਰਾ ਕੰਮ ਆਉਣ ਲੱਗ ਗਿਆ ਯਾਰ ਉਹ ਕੰਮ ਟੌਰ ਨਹੀਂ ਬਣਦੀ ਕੰਮ ਦੀ ਗੱਲ ਖੜੋ ਆ ਕੰਮ ਤਾਂ ਕਰੋ ਆਈ ਜਾਣਾ ਰੋਣ ਪਰ ਬੰਦਾ ਵੱਜਦਾ ਜਾਂਦਾ ਹੀ ਆ ਤੇ ਕੰਮ ਤਾਂ ਵੱਜ ਕੇ ਹੀ ਹੁੰਦਾ ਲੈ ਕੀ ਵੱਜ ਵੀ ਕੰਮ ਕਰਾਣਾ ਪਵੇ ਆਪਣੀ ਆਪਾਂ ਵੀ ਸੀਜ਼ਨ ਚ ਹੀ ਕੰਮ ਕਰਨਾ ਹੁੰਦਾ ਸੀਜ਼ਨ ਤੋਂ ਬਾਅਦ ਆਪਾਂ ਵੀ ਠੰਡੇ ਹੀ ਹੁੰਦੇ ਆ ਠੰਡੇ ਹੁੰਦੇ ਮੈਂ ਤਾਂ ਕਦੀ 12 ਘੰਟੇ ਤੋਂ ਪਹਿਲਾਂ ਘਰੇ ਨਹੀਂ ਗਿਆ ਮੈਂ 3 ਸਾਲ ਹੋ ਗਏ ਕੋਲੇ ਗਾਨੇ ਆ ਠੰਡੇ ਤਾਂ ਹੁੰਦੇ ਹੀ ਨਹੀਂ ਤੁਸੀਂ ਕੋਲੇ ਗਾਨੇ ਕੀ ਕਰਨੇ ਆ ਕੋਲੇ ਕਿੱਦਾਂ ਮਤਲਬ ਸਮਝਾਇਆ ਕਰੋ ਮੈਨੂੰ ਗੱਲ ਦਾ ਕੋਲੇ ਕਿੱਦਾਂ ਖਾਂਦੇ ਆ ਅੱਗ ਅੱਗੇ ਮੈਂ ਸਾਰਾ ਬਾਦ ਕਦੇ ਜਾਣਾ ਹੁੰਦਾ ਕਿਤੇ ਘੁੰਮਣ ਫਿਰਨ ਆ ਦੇਖਦਾ ਸਾਰਾ ਬਾਦ ਜਾਣ ਹੀ ਤਾਂ ਮੇਰੇ ਡੈਡੀ ਨੂੰ ਕਿੰਨੇ 22 ਸਾਲ ਹੋ ਗਏ ਡੈਡੀ ਮੇਰਾ ਦੁੱਧ ਹੀ ਨਹੀਂ ਮੈਂ ਚੰਡੀਗੜ੍ਹ ਹੋ ਕੇ ਜਾਣਾ ਮੈਂ 4 ਮਹੀਨੇ ਹੋ ਗਏ ਕਹਿੰਦੇ ਨੂੰ ਚੰਡੀਗੜ੍ਹ ਨਹੀਂ ਜਾਇਆ ਜਾਂਦਾ ਮੇਰੇ ਦੋ ਵਾਰ ਜਾਇਆ ਆਪਾਂ ਵੱਡੇ ਦੇਸ਼ ਹੀ ਜਾਵਾਂਗੇ ਸਿੱਧੇ ਹੁਣ ਜਾਣਾ ਹੀ ਨੀ ਚੰਡੀ ਚੰਡੀਗੜ੍ਹ ਭਾਬੀ ਪੂਰੇ ਦਿਹਾੜੀਆਂ ਦਾ ਹਿਸਾਬ ਰੱਖ ਲਿਓ ਘੰਟਿਆਂ ਦਾ ਹਨਾ ਯਾਰ ਤਾਂ ਖੇਂਗੇ 1,27,00,000 ਰੁਪਇਆ ਲਾਇਆ 2,50,000 ਵਿਆਹ ਤੇ 2,50,000 ਰੁਪਇਆ ਲਾਇਆ ਉਹਦਾ ਕਿੱਦਾਂ ਉਹਦਾ ਕਿੱਦਾਂ ਪਤਾ ਵਿਆਹ ਕਰਾਇਆ ਕੌਣ ਕਹਿੰਦਾ ਓਏ ਮਾਲੂਮ ਪਤਾ ਬਾਪੂ 2,50,000 ਰੁਪਏ ਲੱਗ ਗਿਆ ਚੀਜ਼ ਬਣ ਗਈ ਢਾਈ 3,00,000 ਰੁਪਏ ਲਾਇਆ ਚੀਜ਼ ਮਤਲਬ ਘਰ ਵਾਲੀ ਨੂੰ ਕਹਿ ਰਿਹਾ ਹੈ ਚੀਜ਼ ਆ ਘਰ ਵਾਲੀ ਹੋਈ ਗੱਲ ਆਦਾ ਭਾਬੀ ਦੇਖਿਓ ਦੇਖਿਓ ਸਪੈਸ਼ਲ ਵਲੌਗ ਮੈਂ ਤੁਹਾਡੇ ਲਈ ਬਣਾ ਰਹੀ ਹਾਂ ਤੁਹਾਡੇ ਘਰ ਵਾਲੇ ਦੀਆਂ ਹਰਕਤਾਂ ਤੁਹਾਡੇ ਘਰ ਵਾਲੇ ਦੀਆਂ ਹਰਕਤਾਂ ਦੇਖੋ ਕਹਿੰਦਾ ਮੇਰੇ ਅਕਾਊਂਟ ਚ ਭਾਜੀ ਕਹਿੰਦਾ ਹੈਗਾ 5,00,000 ਰੁਪਈਆ ਭਾਬੀ ਦੇਖੋ ਤਾਂ ਕਿਹੜਾ ਅਕਾਊਂਟ ਆ ਇਹਨਾਂ ਕੋਲ ਕਿਹੜਾ ਅਕਾਊਂਟ ਹੈ ਕਿਹੜੇ ਕੰਗਾਲ ਬੈਂਕ
ਉਹ ਨਹਾਈ ਜਾਂਦੀਆਂ ਉਹ ਠੀਕ ਨਾ ਠੰਡ ਹੋ ਗਈ ਆ ਠੰਡ ਆ ਗਈ ਠੰਡ ਆ ਗਈ ਪਾਣਾ ਤੇ ਆ ਜਾ ਠੰਡ ਆ ਗਈ ਠੰਡ ਇੱਥੇ ਫੈਮਲੀ ਵਾਲੇ ਦਾ ਪੈਸਾ ਬਹੁਤ ਨਹੀਂ ਹੋਣਾ ਚਾਹੀਦਾ ਉੱਥੇ ਤੇਰੇ ਪੈਸਾ ਮਿੱਟੀ ਆ ਇਹਦੀਆਂ ਗੱਲਾਂ ਸੁਣ ਲਓ ਸਿਆਣੀਆਂ ਪੈਸੇ ਕਰਕੇ ਸਾਰਾ ਬਗੜ ਹੁੰਦਾ ਕਿਤੇ ਫੈਮਲੀ ਵਾਲੇ ਦਾ ਪੈਸਾ ਭੁੱਲ ਜਾਣਾ ਚਾਹੀਦਾ ਉੱਥੇ ਫਿਰ ਪੈਸਾ ਵੀ ਕੁਛ ਕਹਿ ਹੁੰਦੀ ਆ ਤਾਂ ਪਰ ਲੋਕ ਪੈਸੇ ਨੂੰ ਐਵੇਂ ਦਿੰਦੇ ਆ ਲੋਕਾਂ ਦੇ ਆਪਣੇ ਦੇ ਫਰਕ ਨਹੀਂ ਆਪਣੇ ਜੀ ਨਹੀਂ ਮੇਰੇ ਚ ਨਹੀਂ ਤੂੰ ਅਸੀਂ ਅਸੀਂ ਤਾਂ ਆਪਣੀ ਪੈਸੇ ਨੂੰ ਐਵੇਂ ਦੇਈ ਦੀ ਐ ਤੇਰੇ ਤੋਂ ਬਹੁਤ ਹੈ ਸਾਡੇ ਖਾਈ ਵੇਰ ਦੇ ਪੈਸੇ ਪੈ ਕੁੜੀ ਦਾ ਨਰੀਆ ਨਹੀਂ ਆ ਮੈਂ ਕਿਹ ਹਜ਼ਾਰ ਰੁਪਇਆ ਕਮਾਉਣ ਨੂੰ ਪਤਾ ਕਿੰਨੀਆਂ ਤਿੰਨ ਦਿਹਾੜੀਆਂ ਲੱਗਦੀਆਂ ਮੇਰੀਆਂ ਕਿਥੜੀ ਕਿਦਾਂ ਪਤਾ ਹੀ ਨਹੀਂ ਕਿੱਥੇ ਡਿੱਗੇ ਉਹ ਤਾਂ ਮੈਨੂੰ ਲਾਪਾਂ ਦੇ ਪੈਸੇ ਇੱਥੇ ਡੱਪੇ ਨਹੀਂ ਪਤਾ ਹੀ ਨਹੀਂ ਮੈਨੂੰ ਮਿਲਾ ਸੜਕ 'ਚ ਡਿੱਗ ਡੁੱਬ ਗਏ ਹੋਣੇ ਆ ਬੁੱਥੇ ਕਿ ਮਾਰੂ ਕੱਢ ਲੈਂਦੇ ਸਾਡੇ ਨਾਲ ਅਸੀਂ ਉਹ ਹੀ ਇਦਾਂ ਹੀ ਆ ਔਖਾ ਜੁੜਦੇ ਹੀ ਨਹੀਂ ਪੈਸੇ ਸੇਵ ਹੁੰਦੇ ਹੀ ਨਹੀਂ ਯਾਰ ਮੈਂ ਆਪਣਾ ਫਿਊਚਰ ਵੀ ਦੇਖਣਾ ਮਾੜਾ ਮੋਟਾ ਮੈਂ ਤਾਂ ਜੀਣਾ ਅਜੇ ਜੀਣਾ ਤਾਂ ਮੈਂ ਵੀ ਆ ਗਿਰੀ ਦੇ ਭਾਜੀ ਦੀ ਤਾਂ ਅੱਜ ਸੇਵਾ ਹੋਣੀ ਘਰ ਜਾ ਕੇ ਤੇਲ ਚੋ ਕੇ ਫਿਰ ਫੁੱਲਾਂ ਦੀ ਵਰਖਾ ਫੁੱਲਾਂ ਦੀ ਵਰਖਾ ਤੋਂ ਬਾਅਦ ਫੁੱਲਾਂ ਦੀ ਵਰਖਾ ਤੋਂ ਬਾਅਦ ਫੇਰ ਭਾਬੀ ਨੇ ਹੱਥ ਫੜ ਕੇ ਸੋਫੇ ਤੇ ਬਿਠਾਉਣਾ ਹਾਂਜੀ ਕੀ ਲਉਂਗੇ ਚਾਹ ਕੇ ਪਾਣੀ ਰੋਟੀ ਦੇ ਮਾੜੇ ਫਿਰ ਜੂਸ ਆਊਗਾ ਜਾਂ ਕੋਲਡ ਡਰਿੰਕ ਆਊਗੀ ਹੈ ਨਾ ਪਾਣੀ ਫਿਰ ਕੱਪੜੇ ਕੁਪੜੇ ਦੋਗੇ ਐਨ ਤਿਆਰ ਤੁਰ ਹੋ ਕੇ ਕੁੜਤਾ ਪਜਾਮਾ ਪਾ ਕੇ ਆ ਜਾਓ ਸਈਆਂ ਜੀ ਛੱਤ ਤੇ ਚੰਦ ਦੇ ਅੱਗੇ ਚੰਦ ਦੇ ਅੱਗੇ ਫੇਰ ਪੈਰੀ ਹੱਥ ਲਾਉਣਾ ਫੇਰ ਭਾਈ ਸਾਗਰ ਵੀ ਦਿੰਦੇ ਹੁੰਦੇ ਆ ਹੈ ਦਿੰਦੇ ਆ ਕਿੰਨੇ ਅੱਛਾ ਤੂੰ ਮੇਰੇ ਤੋਂ ਪਤਾ ਕਿੰਨੇ ਸਾਲ ਛੋਟਾ ਆ ਦੱਸ ਸਾਲ ਪਹਿਲਾਂ ਦੇਖੀ ਤੇ ਮੋਟੀ ਹੁੰਦੀ ਹੈ ਮਾਜੀ ਮੋਟੀ ਨੀ ਸੀ ਭਾਰ ਮੇਰਾ ਇੰਨਾ ਕੀ ਸੀ ਉਦਾਂ ਮੈਂ ਗੋਲ ਮੋਲ ਸੀ ਹੁਣ ਵੀ ਹੈਗੀ ਇੱਦਾਂ ਦਾ ਹਨਾ ਕਿੰਨੇ ਚ ਕਿੰਨੇ ਚ ਹੁਣੇ ਕੁਛ ਕਿਹਾ ਸੀ ਭਾਜੀ ਕਹਿੰਦਾ ਵਰਤ ਪੈ ਗਿਆ ਮੈਨੂੰ 5000 ਚ 5000 ਲੱਗ ਗਿਆ ਆਪੇ ਹੁਣੇ ਹੁਣੇ ਕਹਿ ਗਿਆ ਮੰਮੀ ਐ ਬੈਲੂ ਓਏ ਬਗੇ ਹੈ ਕਹਿੰਦਾ ਚੰਦ ਚੜਿਆ ਨੀ ਤੁਸੀਂ ਪਹਿਲੇ ਚੜ ਗਏ ਉੱਤੇ ਚੰਦ ਸੋਰੀ ਚੰਦ ਨੀ ਬੈਲਾ ਓ ਬੁੱਗੀ ਹੈ ਹਾਂ ਪਤਾ ਕਿੰਨੀ ਮਹਿੰਗੀ ਚਾਹ ਆ 20 ਰੁਪਏ ਦਾ ਕੱਪ ਆ ਡੈਡੀ ਨੇ ਡੈਡੀ ਚਾਹ ਡੋਲੀ ਆ ਮੈਂ ਭਾਜੀ ਮੇਰੇ ਪੈਰਾਂ ਤੇ ਨਾ ਚੜਾ ਦਿਓ ਪਤਾ ਇੱਕੋ ਇੱਕ ਪੈਰ ਆ ਦੋ ਹੱਥ ਚ ਆਓ ਪਏ ਆਏ ਨੇ ਦਰਖਤ ਆਏ ਫਿਰ ਆਏ ਨੇ ਹਾਂ ਹੋਰ ਹੈਗੀ ਕਿੱਥੇ ਸ
ਸਾਫ ਆ ਸਾਫ ਕੀ ਮੈਂ ਬੋਸ਼ਨ ਮੱਟਾ ਜੇ ਨਾ ਕੰਚ ਤਾਂ ਨਹੀਂ ਫੇਰੀ ਸੀ ਨੱਕ ਚ ਚਲੋ ਵੇ ਕਰੀਏ ਭਾਈ ਸ਼ਾਫਟਾ ਬੈਲਟ ਬੁੱਗੀ ਫੇਰ ਆ ਗਈ ਆ ਉਹ ਮੈਨੂੰ ਮਿਸ ਕਰਦੀ ਆ ਮੰਮੀ ਦਾ ਦੇਖ ਲੈ ਕੀ ਕਹਿੰਦੇ ਕਹਿੰਦੇ ਯਾਰ ਤੂੰ ਜੰਮੀ ਸੀ ਤੂੰ ਆਂਟੀ ਰੋਂਦੀ ਬਹੁ ਹੋਣੀ ਹੈ ਕਿਉਂ ਮੈਂ ਭੂਤ ਹਾਂ ਭੂਤ ਹਾਂ ਮੈਂ ਜਦ ਮੈਂ ਜੰਮੀ ਸੀ ਡੈਡ ਨੇ ਬਰਫੀ ਵੰਡੀ ਸੀ ਇਹਨੂੰ ਸਾਨੂੰ ਤਾਂ ਬੁਲਾਈ ਨਹੀਂ ਮੈਂ ਜੰਮੀ ਡੈਡ ਨੇ ਬਰਫੀ ਵੰਡੀ ਤੇ ਦੇਖ ਲਓ ਮੈਂ ਆਪਣੇ ਪਿੱਛੇ 3 ਕੁੜੀਆਂ ਲੈ ਕੇ ਆਈ ਹਾਂ ਜਾਣ ਕਿ ਮੈਂ ਕੰਮ ਨਹੀਂ ਕਰਨਾ ਮੇਰੇ ਪਿੱਛੇ 3 ਮੈਂ ਬੇਲੀ ਆਹੋ ਚੰਗਾ ਫਿਰ ਚਲਦੇ ਆ